ਅਸੀਂ ਇੱਥੇ ਇਹ ਦੁਕਾਨ ਆ ਬਣੀ ਅਤੇ ਇਸ ਜਗ੍ਹਾ 'ਤੇ ਅਸੀਂ ਆਪਣਾ ਸਮਾਨ ਖਰੀਦਣ ਆਏ ਹਾਂ। ਇਸ ਜਗ੍ਹਾ 'ਤੇ ਤਿਉਹਾਰ ਆ ਸਾਡੇ, ਅਤੇ ਇਸ ਜਗ੍ਹਾ 'ਤੇ ਦੁਕਾਨ ਦੀ ਖਾਸੀਅਤ ਇਹ ਆ, ਵੀਡੀਓ ਇਸ ਕਰਕੇ ਬਣਾ ਰਿਹਾ ਹਾਂ ਮੈਂ ਅਤੇ ਲਿਸ਼ਾ ਆਏ ਹੋਏ ਹਾਂ ਇੱਥੇ ਸਮਾਨ ਖਰੀਦਣ ਲਈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਜਗ੍ਹਾ 'ਤੇ ਕੋਈ ਵੀ ਪਰਸਨ ਨਹੀਂ ਹੈਗਾ ਜਿਹਨੇ ਪੈਸੇ ਲੈਣੇ ਆ। ਦੇਖੋ ਕਿੰਨੀ ਸੋਹਣੀ ਇਸ ਜਗ੍ਹਾ 'ਤੇ ਇਮਾਨਦਾਰੀ ਦੀ ਮਿਸਾਲ ਆ। ਇਸ ਜਗ੍ਹਾ 'ਤੇ ਕੋਈ ਵੀ ਪਰਸਨ ਨਹੀਂ ਹੈਗਾ ਜਿਹਨੇ ਪੈਸੇ ਲੈਣੇ ਆ, ਜਸਟ ਉਹਨੇ ਜਿਸ ਦੀ ਵੀ ਦੁਕਾਨ ਹੈਗੀ ਆ ਉਹਨੇ ਸਿਰਫ ਰੇਟ ਲਿਖ ਕੇ ਲਾਏ ਹੋਏ ਆ ਇੱਥੇ ਕਿ ਆਹ ਚੀਜ਼ ਇੰਨੇ ਡੋਲਰ ਦੀ ਆ। ਅਤੇ ਇਹ ਪੰਪਕਿਨ ਆ ਜੋ ਇਹ ਹੈਗੇ ਆ 245। ਇਸ ਜਗ੍ਹਾ 'ਤੇ ਕੋਈ ਵੀ ਪਰਸਨ ਨਹੀਂ ਹੈਗਾ ਮੌਜੂਦ, ਕਹਿਣ ਦਾ ਮਤਲਬ ਕਿ ਦੁਕਾਨ ਦਾ ਮਾਲਕ ਨਹੀਂ ਹੈਗਾ, ਫਿਰ ਵੀ ਇੱਥੋਂ ਸਮਾਨ ਖਰੀਦਿਆ ਜਾ ਰਿਹਾ ਆ ਤੇ ਇਮਾਨਦਾਰੀ ਦੇ ਨਾਲ ਆਪ ਹੀ ਇਸ ਜਗ੍ਹਾ ਤੇ ਪੈਸੇ ਰੱਖ ਦੇਣੇ ਆ, ਇਹਦੇ ਵਿੱਚ ਪਾ ਦੇਣੇ। ਯੂ ਡਨ? ਓਕੇ, ਆਈ ਐਮ ਕਮਿੰਗ। ਸੋ ਕੋਈ ਵੀ, ਮੈਨੂੰ ਬਹੁਤ ਵਧੀਆ ਲੱਗਾ ਇਹ ਦੇਖ ਕੇ ਕਿ ਇਮਾਨਦਾਰੀ ਕਿੰਨੀ ਇਸ ਜਗ੍ਹਾ ਤੇ ਹੈਗੀ ਆ USA 'ਚ, ਕਿ ਆਪ ਹੀ ਆਪਣੇ ਪੈਸੇ ਜਿੰਨੇ ਬਣੇ ਵਿੱਚ ਪਾ ਦੇਣੇ ਆ, ਕੋਈ ਮਾਲਕ ਨਹੀਂ ਹੈਗਾ। ਤੇ ਅਸੀਂ ਹੁਣ ਸਮਾਨ ਖਰੀਦ ਲਿਆ ਆ, ਪੈਸੇ ਪਾ ਤੇ ਅਸੀਂ ਜਾ ਰਹੇ ਹਾਂ ਹੁਣ। ਸੋ ਦੇਖੋ ਕਿੰਨੀ ਸੋਹਣੀ ਚੀਜ਼ ਹੈ ਇਸ ਜਗ੍ਹਾ 'ਤੇ। ਓਕੇ ਬਾਏ, ਵੀ ਆਰ ਗੋਇੰਗ। Excuse me, you know, it's sad.